ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਆਦਾਬ, ਨਮਸਕਾਰ। ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੁਹਾਡੀਆਂ ਤਰੱਕੀਆਂ, ਤੰਦਰੁਸਤੀਆਂ ਵਾਸਤੇ ਆਪਾਂ ਦੁਆ ਕਰਨੇ ਹਾਂ। ਤੁਹਾਡੇ ਪਰਿਵਾਰ, ਤੁਹਾਡੇ ਦੋਸਤ ਮਿੱਤਰ ਸਭ ਵੱਸਦੇ ਰਹਿਣ, ਹੱਸਦੇ ਰਹਿਣ। ਤੋ ਗੱਲ ਆਪਾਂ ਅੱਜ ਕਰਾਂਗੇ ਜੀ ਇੱਕ ਬਹੁਤ ਮਹੱਤਵਪੂਰਨ ਮੁੱਦੇ ਦੀ, ਜਿਸ ਮੁੱਦੇ 'ਤੇ ਕਹਿ ਲਓ ਕਿ ਸਿਆਸਤ ਦਾ ਪੂਰਾ ਉਫਾਨ ਆਇਆ ਹੋਇਆ ਹੈ, ਜਾਂ ਕਹਿ ਲਓ ਕਿ ਤੂਫਾਨ ਆਇਆ ਹੋਇਆ ਹੈ। ਰਾਜਧਾਨੀ ਦਾ ਰੌਲਾ, ਅਤੇ ਰੌਲੇ ਰਾਜਧਾਨੀਆਂ ਦੇ ਜਦੋਂ ਪੈ ਜਾਂਦੇ ਆ ਨਾ ਮਿੱਤਰੋ, ਬਹੁਤ ਔਖਾ ਹੋ ਜਾਂਦਾ। ਔਰ ਜਦੋਂ ਖਾਸ ਤੌਰ 'ਤੇ ਤੁਹਾਡੇ ਆਪਣੇ ਲੀਡਰ, ਤੁਹਾਡੇ ਆਪਣੇ ਹਾਕਮ ਉਹ ਕੁਛ ਐਸਾ ਕਰ ਜਾਣ ਕਿ ਰਾਜਧਾਨੀ ਦੇ ਮਾਇਨੇ ਹੀ ਬਦਲ ਜਾਣ, ਤਾਂ ਫਿਰ ਗੱਲ ਕਰਨੀ ਬਣਦੀ ਹੈ। ਵੈਸੇ ਅਸੀਂ ਗੱਲ ਕਰਦੇ ਹਾਂ ਰੈਗੂਲਰ ਆਪਣੇ ਪ੍ਰੋਗਰਾਮ ਦੇ ਵਿੱਚ ਆਈ ਵਰਲਡ ਟੀ ਵੀ 'ਤੇ, ਪਰ ਕਿਉਂਕਿ ਔਫ ਹੈ ਅਤੇ ਮੈਂ ਫਰੀ ਸੀਗਾ, ਮੈਂ ਸੋਚਿਆ ਨਾਲੇ ਇਸ ਬਹਾਨੇ ਤੁਹਾਡੇ ਨਾਲ ਇੱਕ ਹੋਰ ਮੁਲਾਕਾਤ ਹੋ ਜਾਏਗੀ। ਕੱਲ੍ਹ ਵੀ ਥੋੜ੍ਹਾ ਸਮਾਂ ਲਾਈਵ ਹੋਏ ਸੀਗੇ ਆਪਾਂ, ਪਰ ਆਪਣੇ ਲਾਈਵ ਨਾਲ ਕੁਛ ਘੱਟ ਲੋਕ ਹੀ ਜੁੜਦੇ ਆ, ਪਤਾ ਨਹੀਂ ਕਿਆ ਗੱਲ ਹੈ। ਅਤੇ ਖੈਰ, ਮੈਂ ਆਪਣੀ ਆਈ ਡੀ 'ਤੇ ਸ਼ੇਅਰ ਕਰ ਦੇਵਾਂ, ਫਿਰ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲਾਂ ਜਿਹੜੀਆਂ ਕਰੂੰਗਾ ਨਾ, ਇੱਕ ਤਾਂ ਮਾਨ ਸਾਹਿਬ ਦਾ ਜਿਹੜਾ ਬਿਆਨ ਹੈ ਉਹ ਬੇਵਕੂਫਾਨਾ ਕਿਉਂ ਹੈ ਉਹ ਵੀ ਦੱਸੂੰਗਾ, ਔਰ ਇਹਦਾ ਹਰਜ਼ਾਨਾ ਕੀ ਹੈ ਉਹ ਵੀ ਦੱਸਾਂਗਾ। ਨਾਲ ਤੁਹਾਨੂੰ ਦੱਸੂੰਗਾ ਕਿ ਜਿਹੜੀਆਂ ਰਾਜਧਾਨੀਆਂ ਹੁੰਦੀਆਂ ਨੇ ਨਾ, ਉਹ ਰਾਜਧਾਨੀਆਂ ਕੋਈ ਸ਼ਹਿਰ ਨਹੀਂ ਹੁੰਦੀਆਂ ਇਕੱਲੀਆਂ। ਜਦੋਂ ਤੱਕ ਦਿੱਲੀ ਨਹੀਂ ਸੀ ਜਿੱਤੀ ਜਾਂਦੀ, ਉਦੋਂ ਤੱਕ ਮੰਨਿਆ ਜਾਂਦਾ ਸੀਗਾ ਕਿ ਕੋਈ ਵੀ ਮਤਲਬ ਕਿ ਸਾਮਰਾਜ ਆ ਜਾਵੇ, ਕੋਈ ਵੀ ਹਮਲਾਵਰ ਆ ਜਾਵੇ, ਉਹ ਇਹ ਨਹੀਂ ਸੀ ਮੰਨਿਆ ਜਾਂਦਾ ਕਿ ਉਹਨੇ ਇੰਡੀਆ ਜਿੱਤ ਲਿਆ ਜਦ ਤੱਕ ਦਿੱਲੀ ਫਤਿਹ ਨਹੀਂ ਕੀਤੀ ਜਾਂਦੀ। ਤੁਹਾਨੂੰ ਪਤਾ ਹੀ ਹੈ ਸਿੱਖਾਂ ਨੇ ਵੀ ਦਿੱਲੀ ਫਤਿਹ ਕੀਤੀ, ਛੱਡ ਆਏ ਸਨ। ਔਰ ਅੱਜ ਮਤਲਬ ਕਿ ਜਿਹੜੀ ਜਿੱਤੀ ਦਿੱਲੀ ਛੱਡ ਆਏ, ਠੁਕਰਾ ਕੇ ਆ ਗਏ, ਅੱਜ ਉਹਨਾਂ ਦੀ ਆਪਣੀ ਜਿਹੜੀ ਰਾਜਧਾਨੀ ਆ ਯਾਰ, ਉਹਦੇ ਵਾਸਤੇ ਇਹੋ ਜਿਹਾ ਤੰਗ ਦਿੱਲੀ ਵਾਲਾ ਨਜ਼ਰੀਆ। ਔਰ ਖਾਸ ਤੌਰ 'ਤੇ ਮੈਂ ਜੇ ਕਹਾਂ, ਇਕੱਲੀ ਰਾਜਧਾਨੀ ਵੈਸੇ ਸਿੱਖਾਂ ਦੀ ਨਹੀਂ, ਪਰ ਮੈਂ ਜੋੜ ਕਿਉਂ ਰਿਹਾ, ਜੋੜ ਕਿਉਂਕਿ ਹਮੇਸ਼ਾ ਅਸੀਂ ਇੱਕ ਸਿੱਤ ਮਜ਼ਰੀਫੀ ਕਰਦੇ ਹਾਂ ਕਿ ਜੇ ਕਾਲੇ ਪਾਣੀ ਦੀ ਕੈਦ ਆ ਉਹ ਜ਼ਿਆਦਾ ਸਿੱਖਾਂ ਨੇ ਕੱਟੀ, ਜੇ ਫਾਹੇ ਟੰਗੇ ਗਏ ਸਿੱਖ ਟੰਗੇ ਗਏ ਸਭ ਤੋਂ ਜ਼ਿਆਦਾ, ਜੇ ਜਲਿਆਂ ਵਾਲਾ ਬਾਗ ਸਾਕਾ ਵਾਪਰਦਾ ਜ਼ਿਆਦਾ ਸਿੱਖ ਮਰਦੇ ਨੇ, ਕੂਕਾ ਲਹਿਰ ਚੱਲਦੀ ਹੈ ਕੰਪਲੀਟਲੀ ਸਿੱਖ ਕੁਰਬਾਨੀ ਦਿੰਦੇ ਨੇ, ਅਕਾਲੀ ਲਹਿਰ ਚੱਲਦੀ ਹੈ ਕੰਪਲੀਟਲੀ ਸਿੱਖ ਸਾਰਾ ਕੁਛ ਕਰਦੇ ਨੇ, ਆਪਣੇ ਪਿੰਡੇ 'ਤੇ ਚੜਦੇ ਨੇ। ਜਦੋਂ ਐਮਰਜੈਂਸੀ ਹੋਈ ਇਸ ਮੁਲਕ ਦੇ ਵਿੱਚ, ਐਮਰਜੈਂਸੀ ਇੰਪੋਜ਼ ਕਰ ਦਿੱਤੀ ਗਈ, ਸਭ ਤੋਂ ਤਗੜੀ ਆਵਾਜ਼ ਜੇ ਕਿਤੋਂ ਉੱਠੀ ਸੀ ਤਾਂ ਉਹ ਤੁਹਾਡੇ ਇੱਥੋਂ ਉੱਠੀ ਸੀਗੀ। ਉਠਾਉਣ ਵਾਲੇ ਕੌਣ ਸਨ, ਕਹਿਣ ਦੀ ਜ਼ਰੂਰਤ ਨਹੀਂ ਹੈ। ਅੱਛਾ, ਫਿਰ ਜੇ ਆਪਾਂ ਆ ਜਾਈਏ, ਮੈਂ ਅੱਗੇ ਵੀ ਕਿਹਾ ਸੀਗਾ ਕਿ ਅਸੀਂ ਸਿੱਤ ਮਜ਼ਰੀਫੀ ਕਰ ਜਾਂਦੇ ਹਾਂ ਕਈ ਵਾਰ, ਕਿ ਜਦੋਂ ਤਾਂ ਮਸਲਾ ਇੱਦਾਂ ਦਾ ਆਉਂਦਾ ਤਾਂ ਫਿਰ ਅਸੀਂ ਕਹਿੰਦੇ ਪੰਜਾਬੀਅਤ ਦੀ ਗੱਲ ਕਰੋ, ਕਿਸੇ ਇੱਕ ਧਰਮ ਵਿਸ਼ੇਸ਼ ਦੀ ਨਾ ਕਰੋ। ਜਦੋਂ ਸਿਰ ਦੇਣ ਦੀ ਵਾਰੀ ਆਉਂਦੀ ਆ ਤਾਂ ਜਿਹੜੇ ਲੋਕ ਸਭ ਤੋਂ ਜ਼ਿਆਦਾ ਸਿਰ ਦਿੰਦੇ ਨੇ ਫਿਰ ਉਹਨਾਂ ਨੂੰ ਸਿਹਰਾ ਵੀ ਦੇਣਾ ਚਾਹੀਦਾ। ਬਾਈ ਜੀ, ਮੇਰਾ ਇਹ ਮੰਨਣਾ ਹੈ ਕਿ ਸਿੱਖ ਕੌਮ ਨੇ ਇੱਥੋਂ ਦੇ ਲੋਕਾਂ ਵਾਸਤੇ, ਜਾਂ ਇੱਥੋਂ ਦੇ ਆਪਾਂ ਜੇ ਦੇਖੀਏ ਤਾਂ ਆਜ਼ਾਦੀ ਵਾਸਤੇ ਬਤੇਰਾ ਕੁਛ ਕੀਤਾ ਹੈ। ਮੈਂ ਜਿਹੜੀ ਗੱਲ ਕਹਿਣ ਜਾ ਰਿਹਾ, ਪਹਿਲੀ ਗੱਲ ਤਾਂ ਮੇਰੀ ਇੱਥੋਂ ਮੈਂ ਸਟਾਰਟ ਕਰਾਂਗਾ, ਜਿਹੜਾ ਮਾਨ ਸਾਹਿਬ ਦਾ ਬਿਆਨ ਆ ਚੰਡੀਗੜ੍ਹ ਬਾਰੇ ਕਿ ਸਾਨੂੰ ਵੀ ਜਗ੍ਹਾ ਦੇ ਦਿਓ ਜੀ ਅਲੱਗ ਤੋਂ, ਅਸੀਂ ਵੀ ਮੰਗ ਕਰਦੇ ਹਾਂ ਹਾਈ ਕੋਰਟ ਦੀ ਅਤੇ ਜਾਂ ਅੱਡ ਤੋਂ ਵਿਧਾਨ ਸਭਾ ਦੀ। ਦੇਖੋ ਮਿੱਤਰੋ, ਪਹਿਲੀ ਗੱਲ ਮੈਂ ਤੁਹਾਨੂੰ ਦੱਸਾਂ, ਚੰਦ ਲੋਕ ਜੁੜੇ ਨੇ ਆਪਣੇ ਨਾਲ, ਬਸ ਇੰਨੇ ਕੋਈ ਜੁੜਦੇ ਹੁੰਦੇ, ਮੇਰੇ ਨਾਲ ਕੋਈ ਬਹੁਤੇ ਨਹੀਂ ਜੁੜਦੇ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਜੇ ਕੋਈ ਕੰਮ ਦੀ ਤਥਾਤਮਕ ਗੱਲ ਕਰਦਾ ਉਹਦੇ ਨਾਲ ਬਹੁਤ ਘੱਟ ਲੋਕ ਜੁੜਦੇ। ਮੇਰਾ ਗਿਲਾ ਹੈ ਪੰਜਾਬੀਆਂ ਦੇ ਨਾਲ ਖਾਸ ਤੌਰ 'ਤੇ, ਕਿ ਸਾਨੂੰ ਆਪਣੇ ਰਸ ਛੱਡਣੇ ਪੈਣਗੇ। ਜੇ ਤੁਸੀਂ ਵਧੀਆ ਜਰਨਲਿਜ਼ਮ ਚਾਹੁੰਦੇ ਹੋ, ਵਧੀਆ ਮੀਡੀਆ ਚਾਹੁੰਦੇ ਹੋ, ਵਧੀਆ ਗੱਲਾਂ ਬਾਤਾਂ ਚਾਹੁੰਦੇ ਹੋ, ਤਾਂ ਤੁਹਾਨੂੰ ਵੱਧ ਤੋਂ ਵੱਧ ਫਿਰ ਇਹਨਾਂ ਚੀਜ਼ਾਂ ਵੱਲ ਤਵੱਜੋ ਦੇਣੀ ਪਏਗੀ, ਸ਼ਾਇਦ ਹੋ ਵੀ ਜਾਏਗਾ। ਔਰ ਛੱਡੋ ਪਰਾਂ, ਗਿਲੇ ਸ਼ਿਕਵੇ ਚੱਲਦੇ ਰਹਿੰਦੇ ਨੇ ਜ਼ਿੰਦਗੀ ਦੇ। ਮੈਂ ਜਿਹੜੀ ਗੱਲ ਕਹਿ ਰਿਹਾ ਕਿ ਮਾਨ ਸਾਹਿਬ ਨੇ ਪਹਿਲੀ ਗੱਲ ਤਾਂ ਇਹ ਚੀਜ਼ ਸੋਚੀ ਨਹੀਂ ਕਿ ਰਾਜਧਾਨੀਆਂ ਸਵੈਮਾਣ ਦਾ ਪ੍ਰਤੀਕ ਹੁੰਦੀਆਂ ਨੇ। ਲਾਹੌਰ ਸਾਡਾ ਕਿਸੇ ਵੇਲੇ ਸਵੈਮਾਣ ਦਾ ਪ੍ਰਤੀਕ ਸੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਉੱਥੇ ਬੈਠਿਆ ਕਰਦੇ ਸੀਗੇ।
फिर जे तुसी देखोगे तो मैं दिल्ली का दस्या तुहानू फ्रांस दे की पैरिस, पैरिस स्वैमान का प्रतीक नहीं है, यूके वाले वास्ते लंदन नहीं होएगा। सो चंडीगढ़ साड़ी मतलब के कली राजधानी नहीं है, कला ये नहीं है, पुआध कटिया हो तुसी पुआधियां दे जज्बातां दा ख्याल ते रख लो कि पुआधियां नू एक तरह नाल विच्चों कटिया गया, विच्चों पीस कटिया गया, उन्हां दा पीस कटिया गया। तुसी पुआधियां दे जज्बातां दी ते कदर कर लो। ये जिहड़े तुसी विचार पेश कीते आ, तुहाडा सलाहकार किहड़ा आ जिहड़ा तुहानू इहो जिहियां नकम्मियां सलाहां दिंदा है? तुसी उस सलाहकार नू एक बारी मोहरे खिलार के सवाल ते कर लो कि तुसी कह की रहे हो। अच्छा सुनो मेरी गल, जिहड़ी मैं गल कह रहा शायद बहुत घट लोगों नू पता होएगा, पंजाब ते हरियाणा चंडीगढ़ नू रेंट पे करदे ने इन्हां इमारतां दी यूजिंग वास्ते, क्योंकि 1966 दे विच असी वंडे गए, पंजाब किराया दिंदा है। अच्छा हरियाणा विधानसभा लै गया ते तुसी कौन रह गए? तुसी रह गए कल्ले किराएदार। ओ तां अच्छा चंडीगढ़ दा जे इतिहास पढ़ो मान साहब, 1966 दे विच ये गल होई सी कि वक्ती तौर ते हरियाणा इहनूं वरतेगा राजधानी वजों, सदी भी नहीं। और तुसी 1970 दा इंडियन एक्सप्रेस का अखबार अज भी कढ़ सकते हो जिदे विच ये रिपोर्ट छपी सी कि उस वेले हरियाणे नूं कहा गया कि कुछ समय दे विच विच तुसी अपना एक प्रोजेक्ट जिहड़ा कंप्लीट कर लो, 10 करोड़ रुपया तुहानू दे देंगे। उस टाइम 10 करोड़ रुपया काफ़ी कह लो कि वड्डी रकम सीगी। तुसी उस इतिहास नूं भी दरकिनार कर रहे हो, दरकिनार कर रहे हो तुसी उस इतिहास नूं भी कि अच्छा फिर जदों राजीव लंगोवाल समझौता होया उहदे विच भी चंडीगढ़ पंजाब नूं दित्ता जाणा सीगा। चलो उह ते खैर जिधर गए कहिंदे हुंदे ना कि जिधर गए बेड़े ते उधर गए मलाह, कुछ इस तरह जिधर गए बाणी उधर गए बाजार। तां कहिण दा मतलब इह आ कि इतिहास तों पहलां जाणू हो जाओ, बहुत कमज़ोर नॉलेज है तुहाडी। पुआध दा एरिया कट के पीस कट के चंडीगढ़ बणिआ, चंडीगढ़ बणिआ। फिर तुसी इस चीज़ तो कितने ना कितने पासे हो रहे हो कि भाई असी किराएदार बन के रह जाएंगे तो वो पक्के हो जाएंगे, सैट हो जाएंगे। मैं तुहानू सब तो वड्डा, मैं कहूँगा कि सब तो वड्डा जिहड़ा हथियार दिना जे तुसी वरत सको मान साहब, पर मैनू पता तुसी वरतोगे नहीं, तुहाडे बंदे तुहाडे नेड़ दे बंदे अजकल तुहानू सलाहां ऐसियां दिंदे आ कि साडे वर्गे तो शायद तुसी सुणदे भी नहीं होणे। अच्छा सुनो मेरी गल, जिहड़ा ली कॉर्बूजिए दा नक्शा है ना, और तुहाडे तो पहलां आईयां सरकारां ने भी इहो जिहियां डिमांडा कीतियां सीगियां, डिमांडा कीतियां सी, पर केंद्र सरकार ने, हरियाणे ने भी डिमांडा कीतियां, पंजाब ने भी डिमांडा कीतियां, इतिहास सुन लो मान साहब, परंतु केंद्र सरकार ने जिहड़ी भी उस वेले दी होएगी उन्हां ने ना कर दित्ती सी। क्यों? क्योंकि ली कॉर्बूजिए दे नक्शे दा उलंघन है इमारतां। तुसी पता नहीं कि अजकल किताबां पढ़ते जे, कि अजकल अखबारां पढ़ते जे, मैनूं तो समझ नहीं आती। अच्छा सैकेंड चीज़ तुहानूं मैं दसां, सैकेंड चीज़ मास्टर प्लान 2031 तैयार है चंडीगढ़ वास्ते, 2031 वास्ते मास्टर प्लान तैयार किया गया। 5 साल उन्होंने मेहनत की है, 5 साल मेहनत की है, और केंद्र सरकार हरियाणे नाल रल के किवें गेम खेड रहा सीगा, तुसी सुते दे सुते रह गए। मैं तुहानू साबित करके दिन्ना कि किवें तुसी सुते दे सुते रह गए, मैं तुहानू दसदा। मित्रों अपने कोल कुछ कु तत्थ होंदे ने जिहड़े कि बहुत जरूरी होंदे ने जदों भी आपां गल करिए। तुसी हुण जिहड़े इत्थे बैठे हो ना, चलो वॉइस नॉट गुड मिंटू वीर, कोई कह रहा है जी, तो शायद अगों जवाब भी आया कि आवाज़ सही है जी बिल्कुल। सो मैनू दस देना तुसी जे मेरी आवाज़ दे विच या नैटवर्क दे विच कोई दिक्कत है। कहिंदे जी कि आवाज़ नहीं आ रही, खैर मैं दूसरा हैडफोन ला लेना क्योंकि एक मिनट जी मैं हैडफोन दूसरा ला लेना। आवाज़ सही है जी? ठीक है जी, माड़ा जिहा दस दिया जी। ठीक है जी, ओके ओके ओके, मैं दस दिना तुहानू। जिहड़े बंदे तुसी इस वेले
इस वेले तुसी अपने लैपटॉप ते बैठे हो जां जिहड़े भी बंदे फ्री होणगे अपने मतलब के भैन भरा लाइव तो तुरंत एक चीज़ सर्च करो गूगल ते, मैं तुहानू हुण दसा उहदे च भर लिओ IIA चंडीगढ़ चैप्टर राइट्स न्यू हरियाणा विधानसभा बिल्डिंग विल बी डिजास्टर फॉर चंडीगढ़। इन्ना ही भर लिओ IIA चंडीगढ़ चैप्टर राइट्स, ठीक है, तुहाडे सामने एक पेज खुल जाएगा, ठीक है जी, पेज खुल जाएगा। और ये पेज जिहड़ा मैं हुण कैमरा करूँगा तो फिर टाइम लगेगा, मेरे को खुलिया पिया है, ठीक है जी। ये इन्हां दी वैबसाइट आ आर्किटेक्ट एंड इंटीरियर्स इंडिया, ठीक है जी। IIA की है वह भी तुहानू मैं दस दिना, चंडीगढ़ चैप्टर जिन्हों आप कहने, यह हैगा द इंडियन इंस्टीट्यूट ऑफ आर्किटेक्ट्स। सुनो मान साहब सुनो, इन्हां ने 24 जून नू अमित शाह नू लैटर लिखिया है, आ पिया इंटरनेट ते, आ मेरे सामने आ, ठीक है जी, आ लम्मा चौड़ा लैटर पिया मेरे कोल, जिहदे विच आर्किटेक्टां दे नालों सियाणे हो और 25,000 मैंबर है जिहदा मैं नां लै रहा वां IIA, उहदा 25,000 आर्किटेक्ट मैंबर है। उन्होंने जो पत्र लिखिया जानी, मैं जिवें तुहानू कह रहा कि यह गूंदा गूंदियां जा रही सीगियां, गूंदा गूंदियां जा रही सीगियां बहुत पहलां तो, बहुत पहलां तो, क्योंकि आर्किटेक्ट्स जिहड़े सीगे उन्होंने आवाज़ बुलंद की कि भाई ऐसा ना करो, चंडीगढ़ बर्बाद हो जाएगा जे विधानसभा इन्होंने इधर ले आंदी, कोई भी इमारत साजी हुई वो ना सिर्फ ली करबूजिए दे मॉडल का उलंघन होएगा, बल्कि जो साडा मास्टर प्लान 2031 है जिसनू तैयार करन दे विच 5 साल लगे ने, वो सब बर्बाद हो जाएगा, चौपट हो जाएगा। लम्मा चौड़ा लैटर है, तुसी इसनू एक्सेस कर सकते हो। मैं तुहानू वार वार दस्या कि तुसी सिर्फ ते सिर्फ ये सर्च करना है, जे किसी नू तथ्य चाहिए होवे, मैं क्योंकि बिना तथ्य तो कोई गल करनी जिहड़ी है वो वाजब नहीं समझदा, जायज़ नहीं समझदा। IIA चंडीगढ़ चैप्टर राइट्स, बस इन्ना लिख लियो, राइट्स टू अमित शाह लिख लो, उन्होंने लैटर लिखिया बकायदा, जानी ये गल जिहड़ी है उस तैयार हो रही सी और आर्किटेक्ट्स तक नू पता सी, जे उन्हां नू पता सीगा बई तुसी किसे दी उदों तक कोई राय लै लेंदे, उदों तक कोई सलाह लै लेंदे तुहाडे नालों, ते तुहाडा सेहत मंत्री मैनू सेहतमंद लगा जिन्हें कहा कि बई गल इह आ, जिन्हें कहिंदे कि नहीं खुल रहा पेज, कोई गल नहीं जी, मैं लिंक पा देंगा, तुसी तकलीफ ना करो, मैं तुहानू वैसे दस दिता उहदा टाइटल दस दिता कि IIA चंडीगढ़ चैप्टर राइट्स न्यू हरियाणा विधानसभा बिल्डिंग विल बी डिजास्टर फॉर चंडीगढ़। कोई गल नहीं जी, मैं लिंक पा देंगा, तुसी कुछ परवाह ना करो। हाँ जी, IIA चंडीगढ़ राइट्स, रिकी ब्राड जी कह रहे हैं। सो गल यह है कि कोई गल नहीं, आप लिंक पा देंगे, मतलब कि आर्किटेक्ट्स और चंडीगढ़ के लोग विरोध कर रहे हैं, तुसी इस चीज़ को सगों एक हथियार वजो, हथियार वजो तुसी इस्तेमाल कर सकते सी कि हरियाणे की उस टाइम ही कि हरियाणे की पंजाब सरकार लिख दी बकायदा, तुहाड़ा सैशन होया तुसी मता पा के कोई भेज दे कि भाई जी चंडीगढ़ विधानसभा जे अलग तो दिती जांदी आ हरियाणे नूं, तां उह सीधे तौर पर ना सिर्फ साडा मतलब कि जो साडा हक है उस हक ते किते ना किते डक है, बल्कि जो उहदे वास्ते मास्टर प्लान तैयार होया वै जां ली करबूजिए दा जिहड़ा मॉडल आ उह बेकार कर रहे है इस बहाने, तां तुसी की कर रहे हो, तुसी की कर रहे हो, मतलब कि यार जिहड़ी जिहड़ी सरकार जिहड़ी सरकार सॉरी मैं थोड़ी आवाज़ मैं आवाज़ टीवी म्यूट कर दें, लो जी मैं टीवी म्यूट कर दिता, उहदी आवाज़ आ रही सी। सो गल इह आ कि बई जी तुसी कुछ ना कुछ सोचिया करो, विचारिया करो, तुसी हुण मुख्यमंत्री हो, तुसी कोई कैसेट रिकॉर्ड नहीं कर रहे कि जिदा किदा भी एक बार चक दिओ रीटेक लै लाँगे बाद दे विच हो जाएगा, इत्थे रीटेक का कोई मायना नहीं रहिंदा। और सब तो वड्डी गल, मान पंजाब ते परिवार चो एक चुनना सीगा, मैं उहनां दी शादी ते नहीं जा रहा, माफ़ करना, वो प्राइवेट लाइफ है, हर एक बंदे दी निजी जिंदगी है,
ਉਹ ਕੋਈ ਚੱਕਰ ਨਹੀਂ ਹੈਗਾ, ਜਿਵੇਂ ਮਰਜ਼ੀ ਕਰੋ, ਚੰਗੇ ਬੁਰੇ ਫੈਸਲੇ ਵਾਸਤੇ ਤੁਸੀਂ ਆਪ ਜ਼ਿੰਮੇਵਾਰ ਹੋ ਗਏ ਹੋ। ਕਿ ਦੇਖੋ ਇਸ ਮਸਲੇ 'ਤੇ ਜੇ ਆਪਾਂ ਗੱਲ ਕਰੀਏ, ਇਹਨਾਂ ਨੇ ਕਿਹਾ ਸੀਗਾ ਕਿ ਮੈਂ ਪਰਿਵਾਰ ਛੱਡ ਕੇ ਪੰਜਾਬ ਨੂੰ ਚੁਣਿਆ, ਜਦੋਂ ਮਤਲਬ ਕਿ ਭੈਣ ਜੀ ਇੰਦਰਪ੍ਰੀਤ ਹੋਰਾਂ ਦੇ ਨਾਲ ਇਹਨਾਂ ਦਾ ਮੇਰੇ ਖਿਆਲ ਦੇ ਨਾਲ ਡਾਈਵੋਰਸ ਹੋਇਆ, ਸ਼ਾਇਦ ਇੰਦਰਪਾਲ ਕੇ ਇੰਦਰਪ੍ਰੀਤ ਨਾਮ ਹੈ ਉਹਨਾਂ ਦਾ, ਜੇ ਮੈਂ ਨਹੀਂ ਭੁੱਲਦਾ। ਅੱਛਾ, ਅੱਜ ਤੁਸੀਂ ਨੌਰਥ ਕੌਂਸਲ ਦੀ ਮੀਟਿੰਗ ਹੋਈ ਜਿੱਥੇ ਅਮਿਤ ਸ਼ਾਹ ਗਿਆ ਸੀ, ਉੱਥੇ ਨੋ ਡਾਊਟ ਚੀਮਾ ਸਾਹਿਬ ਨੇ ਜਾਂ ਬੈਂਸ ਸਾਹਿਬ ਨੇ ਅੱਛੀ ਗੱਲਬਾਤ ਕੀਤੀ। ਮੈਂ ਉਹਦੇ 'ਚ ਉਹ ਨਹੀਂ ਕਹਾਂਗਾ ਕਿ ਕਿਸੇ ਨੂੰ ਛੁੱਟਿਆਵਾਂਗਾ, ਨਹੀਂ, ਕਿ ਬਈ ਗੱਲ ਇਹ ਹੈ ਜਿਹੜੀ ਮਤਲਬ ਕਿ ਜੋ ਇਸ ਵੇਲੇ ਉੱਥੇ ਗੱਲਬਾਤ ਇਹਨਾਂ ਨੇ ਕੀਤੀ ਹੈ ਉਹ ਕੋਈ ਮਾੜੀ ਨਹੀਂ ਕੀਤੀ, ਅੱਛੀ ਇਹਨਾਂ ਨੇ ਆਪਣੀ ਜਾਨੀ ਉੱਥੇ ਹਾਜ਼ਰੀ ਦਰਜ ਕਰਵਾਈ ਆ। ਪਰ ਕੀ ਤੁਹਾਡਾ ਜਾਣਾ ਨਹੀਂ ਸੀ ਬਣਦਾ ਅੱਜ? ਅੱਛਾ ਠੀਕ ਹੈ, ਤੁਸੀਂ ਭਾਬੀ ਜੀ ਨੂੰ ਵੀ ਲੈ ਜਾਓ ਨਾਲ, ਰਾਜਸਥਾਨ ਘੁੰਮਾਓ। ਰਾਜਸਥਾਨ 'ਤੇ ਜਾਣਾ ਸੀਗਾ, ਰਾਜਸਥਾਨ 'ਤੇ ਜਾਣਾ ਸੀਗਾ, ਤੁਸੀਂ ਉਹਨਾਂ ਨੂੰ ਵੀ ਘੁੰਮਾ ਲਿਆਓ। ਠੀਕ ਹੈ, ਤੁਹਾਡੀ ਸ਼ਾਦੀ ਹੋਈ ਆ, ਸ਼ਗਨਾਂ ਦੇ ਦਿਨ ਚੱਲ ਰਹੇ ਨੇ, ਤੁਹਾਡੇ ਖੁਸ਼ੀਆਂ ਦੇ ਦਿਹਾੜੇ ਆ, ਪਰ ਕੀ ਇਹੋ ਜਿਹਾ ਮਹੱਤਵਪੂਰਨ ਜਦੋਂ ਇੱਕ ਪੜਾਅ ਸੀਗਾ ਕਿ ਅਮਿਤ ਸ਼ਾਹ ਨੇ ਨੌਰਥ ਕੌਂਸਲ ਮੀਟਿੰਗ ਨੂੰ ਅਗਵਾਈ ਦੇਣੀ ਸੀ, ਤਾਂ ਸਾਡੀ ਅਗਵਾਈ ਤੁਸੀਂ ਕਰਦੇ ਬਤੌਰ ਸੀ ਐਮ, ਕਿਉਂਕਿ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਕਿ ਜੋ ਮੈਂ ਕਰ ਸਕਦਾ ਵਾਂ, ਜਿਸ ਤਰੀਕੇ ਦੇ ਨਾਲ ਮੈਂ ਲੋਕ ਸਭਾ 'ਚ ਮੁੱਦੇ ਚੁੱਕਦਾ, ਦੂਸਰਾ ਨਹੀਂ ਕੋਈ ਚੁੱਕਦਾ, ਤਾਂ ਫਿਰ ਤੁਹਾਨੂੰ ਚਾਹੀਦਾ ਸੀਗਾ ਕਿ ਤੁਸੀਂ ਆਪਣੀ ਪੇਸ਼ਕਾਰੀ ਦੀ ਬਦੌਲਤ ਪੰਜਾਬ ਦੀ ਆਵਾਜ਼ ਬੁਲੰਦ ਕਰਦੇ। ਠੀਕ ਹੈ ਨਾ ਜੀ? ਸੋ ਗੱਲ ਇਹ ਆ ਕਿ ਇਸ ਵੇਲੇ ਜਿਹੜੀਆਂ ਇਹ ਚੀਜ਼ਾਂ ਤੁਸੀਂ ਕਰ ਰਹੇ ਹੋ ਉਹ ਠੀਕ ਨਹੀਂ ਹੈ। ਤੁਸੀਂ ਮਤਲਬ ਕਿ ਇੱਕ ਵੀਰ ਦਾ ਸਵਾਲ ਆ, ਬੜੇ ਸਵਾਲ ਵੀ ਅਜੀਬੋ ਗਰੀਬ ਹੁੰਦੇ, ਕਹਿੰਦੇ ਜੀ ਹੁਣ ਹਰਿਆਣਾ ਦੀ ਵਿਧਾਨ ਸਭਾ ਕਿੱਥੇ ਹੈ? ਮਹਾਰਾਜ, ਇਹ ਜਿਹੜਾ ਵਿਧਾਨ ਸਭਾ ਕੰਪਲੈਕਸ ਹੈ ਨਾ, ਇਹ ਪਹਿਲਾਂ ਜੁੱਤੋਂ ਤਿਆਰ ਹੋਏ ਮਾਡਲ ਦਾ ਹਿੱਸਾ ਹੈ, ਬਾਅਦ ਦੇ ਵਿੱਚ ਨਹੀਂ ਬਣਿਆ। ਠੀਕ ਹੈ ਜੀ, ਪਹਿਲਾਂ ਤੋਂ ਜਿਹੜਾ ਤਿਆਰ ਸੀਗਾ ਪੰਜਾਬ ਦਾ, ਔਰ ਇਸੇ ਕੰਪਲੈਕਸ ਦੇ ਵਿੱਚ ਹੀ ਦੋਵੇਂ ਵਿਧਾਨ ਸਭਾ ਨੇ, ਪੰਜਾਬ ਦੀ ਵੀ ਹਰਿਆਣੇ ਦੀ ਵੀ। ਠੀਕ ਹੈ ਸਰ, ਇਹ ਨਵੇਂ ਸਿਰੇ ਤੋਂ ਬਣਾਉਣ ਜਾ ਰਹੇ ਨੇ। ਇੱਕ ਤਾਂ ਇਹ ਆ ਕਿ ਇਹ ਵਿਰਾਸਤ ਹੀ ਤੁਸੀਂ ਛੱਡ ਰਹੇ ਹੋ, ਆਪਣੀ ਹਾਈ ਕੋਰਟ ਦੀ ਵੀ ਤੁਹਾਡੀ ਵਿਰਾਸਤ ਆ, ਵਿਧਾਨ ਸਭਾ ਦੀ ਤੁਹਾਡੀ ਵਿਰਾਸਤ ਆ, ਫਿਰ PU ਤੁਹਾਡੀ ਵਿਰਾਸਤ ਆ, ਤੁਸੀਂ ਤਾਂ ਆਪਣੀ ਵਿਰਾਸਤ ਛੱਡਣ ਨੂੰ ਤਿਆਰ ਹੋ ਗਏ ਜੇ ਯਾਰ। ਸੋ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਕਿ ਤੁਹਾਨੂੰ ਇਹਨਾਂ ਚੀਜ਼ਾਂ ਪ੍ਰਤੀ ਸੰਜੀਦਗੀ ਰੱਖਣੀ ਪਊਗੀ। ਤੁਸੀਂ ਆਪ ਜਾਓ ਉੱਥੇ ਯਾਰ, ਤੁਸੀਂ ਮਤਲਬ ਕਿ ਠੋਕ ਕੇ ਗੱਲ ਕਹਿੰਦੇ, ਨਜ਼ਾਰਾ ਆਉਂਦਾ, ਚਲੋ ਠੀਕ ਹੈ, ਉਹ ਵੀ ਛੱਡੋ, ਤੁਹਾਡਾ ਆਪਣਾ ਫੈਸਲਾ ਹੈ, ਤੁਹਾਡੀ ਆਪਣੀ ਮਤਲਬ ਕਿ ਪਰਸਨਲ ਲਾਈਫ ਆ, ਤੁਸੀਂ ਉਹਦੇ ਵਾਸਤੇ ਟਾਈਮ ਮੰਗਿਆ। ਸੋ ਇਹ ਜਿਹੜਾ ਮਸਲਾ ਹੈ, ਮੇਰੇ ਖਿਆਲ ਦੇ ਨਾਲ ਕਿਸੇ ਨੇ ਪਾ ਦਿੱਤਾ ਕੁਛ ਲਿੰਕ ਵਗੈਰਾ, ਤਾਂ ਮੈਂ ਵੀ ਲਿੰਕ ਪਾ ਦੂੰਗਾ ਜਿਹੜਾ ਚੱਲਦਾ ਪਿਆ ਆਪਣਾ ਲਾਈਵ ਉਸ ਤੋਂ ਬਾਅਦ। ਤੋ ਗੱਲ ਇਹੀ ਆਪਾਂ ਕਰ ਰਹੇ ਸੀਗੇ, ਇਹੀ ਗੱਲ ਜਿਹੜੀ ਆ ਇਹਦਾ ਮਜ਼ਮੂਨ ਇਹੋ ਆ ਕਿ ਇਸ ਤਰ੍ਹਾਂ ਦੇ ਬੇਤੁਕੇ ਬਿਆਨ ਨਾ ਦੇਵੋ ਜਿਹਦੇ ਨਾਲ ਤੁਹਾਡਾ ਸਿਰਫ ਇਕੱਲਾ ਸਿਆਸੀ ਨੁਕਸਾਨ ਜਿਹੜਾ ਉਹ ਹੁੰਦਾ ਹੋਵੇ, ਬਲਕਿ ਸਾਡਾ ਨੁਕਸਾਨ ਹੁੰਦਾ, ਪੰਜਾਬ ਦਾ ਨੁਕਸਾਨ ਹੁੰਦਾ, ਸਿਆਸਤ ਦੇ ਨੁਕਸਾਨ। ਚਲੋ ਜਿਹੜਾ ਵੀ ਚੱਲੇਗਾ ਉਹ ਪਾਰਟੀ ਪੱਧਰ 'ਤੇ ਚੱਲੇਗਾ, ਪਰਸਨਲ ਪੱਧਰ 'ਤੇ ਚੱਲੇਗਾ, ਇਹ ਮਸਲਾ ਜਿਹੜਾ ਹੈ ਉਹ ਸਾਡੀ ਪੰਜਾਬੀਆਂ ਦੀ ਸਵੈ ਮਾਣ ਦੀ ਪ੍ਰਤੀਕਤਾ ਨਾਲ ਜੁੜਿਆ ਹੋਇਆ ਹੈ। ਮਾਨ ਸਾਹਿਬ, ਪੰਜਾਬੀਆਂ ਦੇ ਤਰਜਮਾਨ ਬਣੋ। ਮੈਂ ਅੱਗੇ ਵੀ ਕਿਹਾ ਸੀਗਾ ਕਿ ਦਿਲਾਂ ਦੇ ਤਰਜਮਾਨ ਬਣੋ, ਦਿੱਲੀ ਦੇ ਤਰਜਮਾਨ ਨਾ ਬਣੋ। ਦਿਲਾਂ 'ਚ ਰਹੋਗੇ ਤਾਂ ਅੱਛੇ ਰਹੋਗੇ। ਸੋ ਇਹ ਆ ਕਿ ਬਈ ਜਿੱਥੇ ਆਰਕੀਟੈਕਟਸ, 25,000 ਆਰਕੀਟੈਕਟਸ ਇਹਦਾ ਵਿਰੋਧ ਕਰ ਰਹੇ ਆ, ਚੰਡੀਗੜ੍ਹ ਦੇ ਲੋਕ ਵਿਰੋਧ ਕਰ ਰਹੇ ਆ, ਅਤੇ ਤੁਸੀਂ ਉਲਟਾ ਹਰਿਆਣੇ ਦੇ ਨਾਲ ਖਲੋ ਰਹੇ ਹੋ, ਮਤਲਬ ਕਿ ਇੰਡਾਇਰੈਕਟ ਵੇ ਦੇ ਨਾਲ ਇਹੀ ਕਹਿ ਰਹੇ ਹੋ ਨਾ ਕਿ ਸਾਨੂੰ ਵੀ ਦੇ ਦਿਓ, ਉਹਨਾਂ ਨੂੰ ਵੀ ਦੇ ਦਿਓ। ਤਾਂ ਉਹ ਕਹਿ ਰਹੇ ਨੇ ਕਿ ਬਾਈ ਆਵਾਜਾਈ ਪ੍ਰਭਾਵਿਤ ਹੋਏਗੀ, ਨਕਸ਼ੇ ਪ੍ਰਭਾਵਿਤ ਹੋਣਗੇ, ਬਹੁਤ ਕੁਛ ਹੋਏਗਾ। ਲੰਮਾ ਚੌੜਾ ਲੈਟਰ ਪੜ੍ਹੋ ਤਾਂ ਸਹੀ, ਅਤੇ ਤੁਸੀਂ ਪਤਾ ਨਹੀਂ ਕਿੱਧਰ ਤੁਰੇ ਫਿਰਦੇ ਸੀਗੇ, ਤੁਹਾਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਕੀ ਕੁਛ ਚੱਲ ਰਿਹਾ। ਹੁਣ ਅਗਲਿਆਂ ਨੇ ਜਦੋਂ ਐਲਾਨ ਕਰ ਦਿੱਤਾ, ਹੁਣ ਉਹੀ ਜਜ਼ਬਾਤ, ਉਹੀ ਅਹਿਸਾਸ, ਸਾਰਾ ਕੁਛ, ਸਿਆਸੀ ਵਿਰੋਧੀ ਜਿਹੜੇ ਆ ਉਹ ਵੀ ਚੱਲਣਗੇ। ਸੋ ਗੱਲ ਜਿਹੜੀ ਆ ਉਹ ਥੋੜ੍ਹੀ ਸੋਚ ਕੇ ਵਿਚਾਰ ਕੇ ਕੀਤੀ ਜਾਵੇ, ਅਤੇ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਉਹ ਸਹੀ ਜਾਣਗੀਆਂ। ਬਾਕੀ ਹਰੇਕ ਦੀ ਆਪੋ ਆਪਣੀ ਸੋਚ ਆ, ਚੰਡੀਗੜ੍ਹ UT ਰਹੇ ਜੋ ਮਰਜ਼ੀ ਰਹੇ, ਪਰ ਉਹ ਸਾਡੇ ਸਵੈ ਮਾਣ ਦਾ ਪ੍ਰਤੀਕ ਹੈ, ਸਵੈ ਮਾਣ ਦਾ ਪ੍ਰਤੀਕ ਹੈ ਕਿ ਸਾਡੀ ਰਾਜਧਾਨੀ ਹੈ,
ਸਾਡੀ ਰਾਜਧਾਨੀ ਹੈ। ਪਰ ਜਿਸ ਤਰੀਕੇ ਨਾਲ ਕੇਂਦਰ ਚੱਲ ਰਿਹਾ ਹੈ, ਮੇਰੇ ਖਿਆਲ ਦੇ ਨਾਲ ਚੰਡੀਗੜ੍ਹ ਵਾਲਿਆਂ ਨੂੰ ਵੀ ਵੇਖਣਾ ਪਊਗਾ ਹੁਣ, ਕਿ ਉਹ ਬਿਲਕੁਲ ਹੁਣ ਜਿੱਦਾਂ ਕਹਿ ਲਈਏ ਨਾ ਕਿ ਸਪਰੈਸ ਕਰਨ ਵਾਲਾ ਕੰਮ ਕਰ ਰਹੇ ਨੇ, ਤੁਹਾਡੇ ਵਿਰੋਧ ਦੀ, ਤੁਹਾਡੇ ਸ਼ਹਿਰ ਦੀ ਕੋਈ ਕਦਰ ਨਹੀਂ ਹੋ ਰਹੀ। ਚੰਡੀਗੜ੍ਹ ਵਾਲੇ ਵੀ ਬੋਲਣ, ਮੈਂ ਅੱਗੇ ਵੀ ਕਿਹਾ ਸੀਗਾ ਕਿ ਇਹੋ ਜਿਹੇ ਮੁੱਦਿਆਂ 'ਤੇ ਅਸੀਂ ਜਦੋਂ ਵੀ ਗੱਲ ਕਰਦੇ ਹਾਂ ਤਾਂ ਫਿਰ ਕਹਿ ਦਿੰਦੇ ਹਾਂ ਕਿ ਯਾਰ ਇਹ ਸਿੱਖਾਂ ਦੇ ਉਠਾਏ ਮਸਲੇ ਨੇ, ਸਿੱਖਾਂ ਨੇ ਝਗੜੇ ਕੀਤੇ, ਇਹ ਹੋਇਆ ਉਹ ਹੋਇਆ, ਕਿਉਂ ਕਿਸੇ ਇੱਕ ਦੀ ਥੋੜ੍ਹੀ ਜ਼ਿੰਮੇਵਾਰੀ, ਇੱਥੇ ਵੀ ਸਾਰੇ ਜ਼ਿੰਮੇਵਾਰੀ ਨਿਭਾਓ ਨਾ, ਨਿਭਾਓ ਸਾਰੇ, ਚੰਡੀਗੜ੍ਹ ਵਾਲੇ ਵੀ ਨਿਭਾਉਣ, ਸਾਰੇ ਨਿਭਾਉਣ ਕਿ ਠੀਕ ਹੈ ਯੂਟੀ ਦਾ ਚਲੋ ਦਰਜਾ ਹੈ, ਉਹ ਲੋਕ ਸਭਾ ਨੇ ਜਾਂ ਰਾਜ ਸਭਾ ਨੇ ਹੀ ਖਤਮ ਕਰਨਾ ਹੈ, ਬਟ ਆਹ ਜਿਹੜਾ ਲੋੜਾ ਮਾਰ ਰਹੇ ਨੇ, ਆਹ ਜਿਹੜੀ ਮਤਲਬ ਕਿ ਤੁਸੀਂ ਕਹਿ ਲਓ ਕਿ ਚੰਡੀਗੜ੍ਹ ਦੀ ਖੂਬਸੂਰਤੀ ਨੂੰ ਹੀ ਦਾਗਦਾਰ ਕਰਨ ਜਾ ਰਹੇ ਆ। ਅੱਛਾ ਹਰਿਆਣਾ 'ਚ ਚਾਹੇ ਤਾਂ ਮਤਲਬ ਕਿ ਆਪਣੇ ਸੈਂਟਰ ਜੇ ਦੇ ਵਿੱਚ ਬਣਾ ਸਕਦਾ, ਕੁਰੂਕਸ਼ੇਤਰ ਬੰਦੀ ਬਣਾ ਲਵੇ ਆਪਣੀ ਰਾਜਧਾਨੀ, ਜੇ ਅਲੱਗ ਬਣਾਉਣੀ ਹੈ ਉਹਨੇ ਬਣਾ ਸਕਦਾ, ਆਪਣੇ ਕੈਪੀਟਲ ਕੰਪਲੈਕਸ ਕਿਤੇ ਵੀ ਬਣਾ ਲਵੇ, ਸਗੋਂ ਵਧੀਆ ਸੁੱਖ ਹੈ ਉਹਨਾਂ ਨੂੰ। ਪੰਚਕੂਲੇ ਕਿਉਂ ਨਹੀਂ ਬਣਾ ਰਹੇ ਵਿਧਾਨ ਸਭਾ ਲਿਜਾ ਕੇ, ਬਈ ਸੋਚਣ ਵਾਲੀ ਗੱਲ ਹੈ, ਥੋੜ੍ਹਾ ਜਿਹਾ ਨਾ ਜ਼ੋਰ ਦਿਆ ਕਰੋ। ਬਾਕੀ ਜਿਹੜੀ ਗੱਲ ਤੁਸੀਂ ਟ੍ਰਿਬਿਊਨਲ ਵੀ ਮੰਗ ਰਹੇ ਹੋ ਨਾ, ਜਿਹੜਾ ਪਾਣੀ ਵਾਲਾ ਟ੍ਰਿਬਿਊਨਲ ਜਿਹੜਾ ਮੰਗ ਰਹੇ ਹੋ, ਤਾਂ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਟ੍ਰਿਬਿਊਨਲ ਜਿਹੜਾ ਹੈ, ਟ੍ਰਿਬਿਊਨਲ ਮੁੜ ਕੇ ਇਹ ਹੋਏਗਾ ਕਿ ਮਤਲਬ ਕਿ ਠੀਕ ਹੈ ਅਸੈਸਮੈਂਟ ਤਾਂ ਹੋ ਜਾਏਗੀ, ਜੇ ਉਹਨੇ ਕੋਈ ਵਾਰਡ ਦੇ ਦਿੱਤਾ ਫਿਰ ਟ੍ਰਿਬਿਊਨਲ ਦੀ ਕੋਈ ਅਪੀਲ ਨਹੀਂ ਪੈਂਦੀ ਹੁੰਦੀ ਅੱਗੇ, ਇਹ ਸ਼ਾਇਦ ਤੁਹਾਨੂੰ ਪਤਾ ਹੋਏਗਾ। ਔਰ ਦੂਜੀ ਚੀਜ਼ ਮੈਂ ਤੁਹਾਡੀ ਜਾਣਕਾਰੀ ਲਈ ਇੱਕ ਹੋਰ ਦੱਸ ਦੇਵਾਂ ਮਾਨ ਸਾਹਿਬ, ਕਿ ਜਿਸ ਸਮੇਂ ਜਿਹੜਾ ਹਰਿਆਣਾ ਰੌਲਾ ਪਾਉਂਦਾ, ਜਿਸ ਸਮੇਂ ਵਧੀਆ ਗੱਲ ਜਿਹੜੀ ਗੱਲ ਕੀਤੀ ਆ ਚੀਮਾ ਸਾਹਿਬ ਨੇ, ਉਹ ਇਹ ਕੀਤੀ ਆ ਕਿ ਯਮੁਨਾ 'ਚੋਂ ਸਾਨੂੰ ਹੱਕ ਦਿਓ ਆਪਣਾ ਪਾਣੀ ਦਾ, ਠੀਕ ਹੈ ਨਾ ਜੀ। ਸੈਕਿੰਡ ਇਹ ਆ ਕਿ ਜਿਸ ਸਮੇਂ ਇੰਦਰਾ ਗਾਂਧੀ ਨੇ ਉਹ ਅਵਾਰਡ ਦਿੱਤਾ ਸੀਗਾ ਪਾਣੀ ਵਾਲਾ, ਅਵਾਰਡ ਦਾ ਮਤਲਬ ਹੁੰਦਾ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵੰਡ, ਜਿਸ ਸਮੇਂ ਦਿੱਤੀ ਸੀ ਪੰਜਾਬ ਨਾਲ ਧੱਕਿਆਂ ਦੀ ਇੱਕ ਗਾਥਾ ਹੈ, ਉਹਨੂੰ ਚੰਗੀ ਤਰ੍ਹਾਂ ਪੜ੍ਹ ਲਓ, ਫਿਰ ਜਦੋਂ ਤੁਸੀਂ ਪੜ੍ਹ ਲਓਗੇ ਫਿਰ ਤੁਸੀਂ ਖੜ੍ਹਨਾ ਵੀ ਸਿੱਖ ਜਾਓਗੇ ਪੰਜਾਬ ਦੇ ਨਾਲ। ਅੱਛਾ ਗੱਲ ਇਹ ਹੋਈ ਸੀਗੀ ਕਿ 1976 'ਚ ਅਵਾਰਡ ਦਿੱਤਾ ਗਿਆ, ਜਦਕਿ 1976 'ਚ ਸਭ ਨੂੰ ਪਤਾ ਕਿ ਐਮਰਜੈਂਸੀ ਲੱਗੀ ਹੋਈ ਸੀ, ਕੋਈ ਮਤਲਬ ਕਿ ਤਾਨਾਸ਼ਾਹ ਬਣਿਆ ਹਾਕਮ ਪਾਣੀਆਂ ਦੀ ਵੰਡ ਕਰ ਦੇਵੇ, ਅਤੇ ਮਤਲਬ ਕਿ ਕਹਿ ਲਓ ਕਿ ਅਲੋਕਾਰੀ ਮਾਮਲਾ ਹੈ। ਕੋਈ ਇਸ ਤਰ੍ਹਾਂ ਤਾਕਤਾਂ ਆਪਣੇ ਹੱਥ 'ਚ ਸੰਵਿਧਾਨ ਨੂੰ ਪਾਸੇ ਕਰਕੇ, ਤਾਕਤਾਂ ਕੰਟਰੋਲ ਕਰਕੇ ਅਵਾਰਡ ਦੇ ਰਿਹਾ ਆ, ਅਤੇ ਤੁਸੀਂ ਉਹ ਵੀ ਗੱਲ ਨਹੀਂ ਕਹਿ ਰਹੇ ਕਿ ਇਹ ਅਵਾਰਡ ਹੀ ਗਲਤ ਸੀਗਾ। ਉਸ ਟਾਈਮ ਸਾਡੇ ਨਾਲ ਇੱਕ ਧੱਕਾ ਕੀਤਾ ਗਿਆ, 78, 79, 80 ਜਿਹੜੀ ਪਾਈ ਗਈ ਹੈ ਧਾਰਾ, ਉਹ ਤਾਂ ਚਲੋ ਹੈ ਹੀ ਧੱਕਾ, ਸ਼ਰੇਆਮ ਧੱਕਾ। ਕਦੇ ਇਹ ਗੱਲਾਂ ਤੁਸੀਂ ਉੱਥੇ ਅਮਿਤ ਸ਼ਾਹ ਦੇ ਖੜ੍ਹ ਕੇ ਮੂੰਹ 'ਤੇ ਕਰਦੇ ਜਿਵੇਂ ਤੁਸੀਂ ਕਰਦੇ ਹੁੰਦੇ ਆ, ਤਾਂ ਨਜ਼ਾਰਾ ਆਉਂਦਾ। ਮੈਂ ਵਾਰ ਵਾਰ ਕਹਿ ਰਿਹਾ ਕਿ ਠੀਕ ਹੈ ਤੁਹਾਡੀ ਪਰਸਨਲ ਲਾਈਫ ਹੈ, ਮੈਂ ਉਹਦੀ ਇੱਜ਼ਤ ਕਰਦਾ ਵਾਂ, ਪਰ ਜਦੋਂ ਇਹ ਗੱਲ ਤੁਸੀਂ ਕਹਿੰਦੇ ਹੋ ਕਿ ਮੈਂ ਪਰਿਵਾਰ ਅਤੇ ਪੰਜਾਬ 'ਚੋਂ ਇੱਕ ਨੂੰ ਚੁਣਨਾ ਸੀਗਾ, ਤਾਂ ਫਿਰ ਬਾਈ ਠੀਕ ਹੈ ਨਾ, ਥੋੜ੍ਹਾ ਜਿਹਾ ਪਰਿਵਾਰ ਨੂੰ ਟਾਈਮ ਦੇ ਕੇ ਥੋੜ੍ਹਾ ਜਿਹਾ ਪੰਜਾਬ ਨੂੰ ਵੀ ਟਾਈਮ ਦੇ ਦਿੰਦੇ। ਮਾਨ ਸਾਹਿਬ ਕੋਈ ਆਖਰ ਨਹੀਂ ਸੀ ਆ ਚੱਲੀ, ਆ ਜੈਪੁਰ ਜੋਧਪੁਰ ਕੋਈ ਦੂਰ ਨਹੀਂ ਹੈ, ਬੰਦਾ ਜਹਾਜ਼ 'ਤੇ ਜਾਵੇ, ਸੜਕ 'ਤੇ ਵੀ ਜਾਵੇ, ਕੁਛ ਵੀ ਸ਼ਾਮ ਨੂੰ ਵਾਪਸ ਆ ਜਾਂਦਾ। ਸੋ ਇਸ ਕਰਕੇ ਬਈ ਗੱਲ ਇਹ ਆ ਕਿ ਪਾਣੀ, ਚੰਡੀਗੜ੍ਹ ਯੂਨੀਵਰਸਿਟੀ, ਇਹਨਾਂ ਸਾਰੇ ਮੁੱਦਿਆਂ 'ਤੇ ਦੀਦਾ ਦਲੇਰੀ ਦੇ ਨਾਲ ਸਟੈਂਡ ਰੱਖੋ। ਐਵੇਂ ਹਰਿਆਣੇ ਵਾਲੇ ਤਾਂ ਬਥੇਰਾ ਕੁਝ ਕਹਿੰਦੇ ਨੇ, ਤੁਸੀਂ ਉਹਨਾਂ ਦੀ ਰੀਸੇ 'ਚ ਇੱਦਾਂ ਹੀ ਕਰਨ ਲੱਗੋ ਕਿ ਸਾਨੂੰ ਵੀ ਆਹ ਦੇ ਦਿਓ, ਸਾਨੂੰ ਵੀ ਅੱਡ ਦੇ ਦਿਓ, ਗੱਲ ਨਹੀਂ ਬਣੇਗੀ। ਸੋ ਮਾਨ ਸਾਹਿਬ ਬੜੀਆਂ ਉਮੀਦਾਂ ਦੇ ਨਾਲ ਤੁਹਾਨੂੰ ਮੁੱਖ ਮੰਤਰੀ ਬਣਾਇਆ, ਅਤੇ ਇਹਨਾਂ ਉਮੀਦਾਂ ਨੂੰ ਜੀਵੰਤ ਰੱਖੋ, ਕਾਇਮ ਰੱਖੋ, ਠੀਕ ਹੈ ਨਾ ਜੀ। ਉਮੀਦ ਆਵਾਮ ਦੀ ਜਦੋਂ ਗਰੀਬ ਹੋ ਜਾਂਦੀ ਹੈ ਨਾ, ਫਿਰ ਬਹੁਤ ਨੁਕਸਾਨ ਹੁੰਦੇ ਆ। ਅਤੇ ਆਹ ਜਿਹੜਾ ਚੱਲ ਰਿਹਾ, ਤੁਸੀਂ ਤਾਂ ਸਗੋਂ ਠੋਕ ਕੇ ਕਹੋ ਕਿ ਬਈ ਇੱਦਾਂ ਇੰਨਾ ਧੱਕਾ ਕਰੋਗੇ, ਸਿੱਖ ਕੌਮ ਜਿਸ ਨੇ ਬਹੁਤ ਆਜ਼ਾਦੀ ਲਈ ਘਾਲਣਾ ਘਾਲੀ ਆ, ਬਹੁਤ ਕੁਰਬਾਨੀਆਂ ਦਿੱਤੀਆਂ ਨੇ ਬਈ, ਗੁਰੂ ਸਾਹਿਬ ਹੋਰਾਂ ਮਤਲਬ ਕਿ ਗੁਰੂ ਸਾਹਿਬ ਤੋਂ ਆਪਾਂ ਲੱਗੀਏ ਤਾਂ ਗੁਰੂ ਸਾਹਿਬਾਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ, ਤਾਂ ਉੱਥੋਂ ਲੈ ਕੇ ਅੱਜ ਤੀਕ ਜਦੋਂ ਤੁਸੀਂ ਇਤਿਹਾਸ ਨੂੰ ਚੱਕੋਗੇ, 47 ਤੋਂ ਬਾਅਦ ਜੋ ਇਹਨਾਂ ਨੇ ਕਰਤੂਤਾਂ ਕੀਤੀਆਂ, ਜੇ ਤੁਸੀਂ ਅੱਖ 'ਚ ਅੱਖ ਪਾ ਕੇ ਗੱਲ ਕਹਿ ਦਿਓ ਅਤੇ ਇਹ ਜਿਹੜੇ ਅਮਿਤ ਸ਼ਾਹ ਹੋ ਰਹੀ ਹੈ ਨਾ, ਇਹ ਮਤਲਬ ਕਿ ਦਾੜ੍ਹੀ ਜਿਵੇਂ ਹੁਣ ਮੈਂ ਕਰ ਰਿਹਾ, ਅਤੇ ਦਾੜ੍ਹੀ ਖੁਰਕਣ ਲੱਗ ਜਾਣਗੇ ਔਰ ਸੋਚਣ ਲਈ ਮਜਬੂਰ ਹੋ ਜਾਣਗੇ ਕਿ ਸੈਂਸਟਿਵ ਹੈ ਮਾਮਲੇ ਇਹ, ਕਿ ਕੱਲ੍ਹ ਨੂੰ ਅੱਗੇ ਵਾਂਗੂ ਜੇ ਤੁਸੀਂ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਧੱਕ ਕੇ ਗੁੱਠੇ ਲਾਓਗੇ ਤਾਂ ਰਿਐਕਸ਼ਨ ਗਲਤ ਹੋ ਸਕਦੇ ਨੇ। ਸੋ ਇਸ ਕਰਕੇ ਸਾਨੂੰ ਇਹ ਮਸਲੇ ਜਿਹੜੇ ਆ ਉਹ ਇਸ ਢੰਗ ਨਾਲ ਚੱਕਣੇ ਚਾਹੀਦੇ ਆ, ਠੀਕ ਹੈ ਨਾ ਜੀ ਮਾਨ ਸਾਹਿਬ। ਖੈਰ ਚਲੋ, ਤੁਸੀਂ ਆਪਣੀਆਂ ਮਰਜ਼ੀਆਂ ਕਰਨੀਆਂ, ਸਾਡੀ ਜਿਹੜੀ ਕਹਿ ਲਓ ਕਿ ਇੱਕ ਜੋ ਜ਼ਿੰਮੇਵਾਰੀ ਬਣਦੀ ਹੈ, ਅਸੀਂ ਤਾਂ ਉਹਦੇ
कह लो नवा दे विचो ये गल कहिंदे आ कि भाई ये सारा कुछ जिहड़ा है गलत है। और तुसीं वेख्या होना कि किन्ना स्ट्रोंगली लोगों ने कंडेम किया है तुहाडे इस बयान नू, और इन्हां चीज़ां दे पिछे इतिहास छुपया है, इन्हां चीज़ां दे विच तर्क छुपे हुए ने, इन्हां चीज़ां नू खोजो खोजो खोजो, बहुत सेंसिटिव हो जाएगा मामला पंजाब दा। मैं तुहानू एक गल दसा मान साहब, जे तुसी क्योंकि पंजाब की जवानी जिहड़ी है हुण वो ये नहीं है कि वह अवेयर नहीं है, ऐप की बहुत गलत सिटे निकल गए। मैं उन्होंने पत्रकारों चो नहीं हाँ जिहड़े गल नू एवें टोपी पा के धर्म नाल जोड़ देंदे आ जां फलानी चीज़ नाल जोड़ देंदे आ कि भाई इन्हां मुद्दियां तो बच जाइए कि नहीं जी ये धर्म का मसला है फलाने का मसला है, नहीं ये मसला साढ़े पंजाब का है, ये मसला साढ़े हकों का है, असूलों का मसला है, ਧੱਕਿਆਂ ਦਾ ਵਿਤਕਰਿਆਂ ਦਾ ਮਸਲਾ ਹੈ। ਸੋ ਇਸ ਕਰਕੇ ਪੂਰਾ ਇਤਿਹਾਸ ਪੜ੍ਹ ਕੇ ਅਤੇ ਫਿਰ ਗੜਸ ਦੇ ਨਾਲ ਗੜਕੋ, ਕੁਛ ਨਹੀਂ ਹੁੰਦਾ, ਦੁਨੀਆ 'ਤੇ ਜੰਮੇ ਆ, ਦੁਨੀਆ 'ਤੇ ਮਰਨਾ ਇਹ ਸੱਚ ਆ, ਹਕੀਕਤ ਆ, ਕੀ ਆ ਵੱਧ ਤੋਂ ਵੱਧ ਇਹ ਜੇਲ੍ਹ ਸੁੱਟ ਦੇਣਗੇ ਤੁਹਾਨੂੰ ਜਾਂ ਸਾਨੂੰ, ਕੀ ਹੋ ਜਾਏਗਾ, ਕੁਛ ਨਹੀਂ ਹੁੰਦਾ, ਕੱਖ ਨਹੀਂ ਹੁੰਦਾ, ED ਮਗਰ ਲਾ ਦੇਣਗੇ, CBI ਮਗਰ ਲਾ ਦੇਣਗੇ, ਕੀ ਹੋਣ ਲੱਗਾ ਜਦੋਂ ਤੁਸੀਂ ਕੁਛ ਕੀਤਾ ਹੀ ਨਹੀਂ, ਡਰ ਕਾਹਦੇ ਨੇ, ਡਰ ਕਾਹਦੇ ਨੇ। ਸੋ ਇਤਿਹਾਸ ਨੂੰ ਚੰਗੀ ਤਰ੍ਹਾਂ ਵਾਚ ਲਓ, ਪੜ੍ਹ ਲਓ, ਔਰ ਉਸ ਤੋਂ ਬਾਅਦ ਐਂ ਪੂਰਾ ਸਖਤ ਸਟੈਂਡ ਰੱਖੋ, ਐਵੇਂ ਨਾ ਮਤਲਬ ਕਿ ਇੱਧਰ ਉੱਧਰ ਦੀਆਂ ਮਾਰਿਆ ਕਰੋ। ਮੈਂ ਜੋ ਫੈਕਟ ਦਿੱਤੇ ਨੇ, ਜੋ ਗੱਲਾਂ ਕਹੀਆਂ ਨੇ, ਕੋਈ ਵੀ ਗੱਲ ਉਹਦੇ ਵਿੱਚ ਮਤਲਬ ਕਿ ਝੂਠੀ ਹੋਵੇ ਆਪਾਂ ਜ਼ਿੰਮੇਵਾਰ ਹਾਂ, ਅਤੇ ਜੇ ਕੋਈ ਜਾਣੇ ਅਣਜਾਣੇ 'ਚ ਮੈਥੋਂ ਕੋਈ ਗਲਤ ਸ਼ਬਦ ਨਿਕਲ ਗਿਆ ਹੋਵੇ ਉਹਦੇ ਵਾਸਤੇ ਖਿਮਾ ਦਾ ਯਾਚਕ ਹਾਂ, ਪਰ ਪੰਜਾਬ ਵਾਸਤੇ, ਆਪਣੇ ਹੱਕਾਂ ਵਾਸਤੇ, ਹਕੂਕਾਂ ਵਾਸਤੇ, ਜਾਂ ਕਹਿ ਲਈਏ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਇਸ ਖਿੱਤੇ ਵਾਸਤੇ, ਇਸ ਮੁਲਕ ਦੇ ਵਾਸਤੇ, ਅਤੇ ਜੇ ਉਹਨਾਂ ਦੀ ਗੱਲ ਹੋਏਗੀ ਤਾਂ ਅਸੀਂ ਗੱਲ ਕਰਾਂਗੇ, ਹਰ ਹਾਲ 'ਚ ਕਰਾਂਗੇ। ਸੋ ਇਸ ਕਰਕੇ ਸਾਰਿਆਂ ਨੂੰ ਅਪੀਲ ਵੀ ਹੈ ਕਿ ਇਹੋ ਜਿਹੇ ਮੁੱਦੇ ਕਿਸੇ ਕੌਮ ਵਿਸ਼ੇਸ਼ ਨਾਲ ਨਾ ਜੋੜੋ, ਇਹ ਤੁਹਾਡੇ ਵੀ ਆ, ਸਾਡੇ ਵੀ ਆ, ਸਭ ਦੇ ਹੀ ਆ, ਸਭ ਦੇ ਆ, ਪਰ ਇਹ ਸ਼ਹਿਰ ਜਿਹੜੇ ਆ ਉਹ ਇਕੱਲੇ ਸ਼ਹਿਰ ਨਹੀਂ ਹੁੰਦੇ, ਸਵੈਮਾਣ ਹੁੰਦਾ ਹੈ ਕਿਸੇ ਕੌਮ ਦਾ। ਕੀ ਕਰ ਰਹੇ ਹੋ ਤੁਸੀਂ ਸਿੱਖਾਂ ਦੇ ਨਾਲ ਕਿ ਜਿਨ੍ਹਾਂ ਨੇ ਇੰਨੀ ਘਾਲਣਾ ਕਰ ਲਈ, ਉਹਨਾਂ ਤੋਂ ਉਹਨਾਂ ਦੀ ਰਾਜਧਾਨੀ ਵੀ ਤੁਸੀਂ ਖੋਹ ਲਈ, ਠੀਕ ਹੈ ਨਾ। ਸੋ ਇਸ ਕਰਕੇ ਰੱਬ ਦਾ ਵਾਸਤਾ ਹੈ ਕਿ ਸਿੱਖਾਂ ਦੀ ਬਹੁ ਗਿਣਤੀ ਵਾਲੇ ਸੂਬੇ ਨੂੰ ਇੱਕ ਮਤਲਬ ਕਿ ਮਾਈਨੋਰਟੀ ਦੇ ਪੱਖ ਤੋਂ ਮਿਸਾਲੀ ਬਣਾਓ, ਸਗੋਂ ਕੇਂਦਰ ਨੂੰ ਕਹੋ ਕਿ ਮਿਸਾਲ ਪੇਸ਼ ਕਰੋ, ਮਿਸਾਲ ਪੇਸ਼ ਕਰੋ, ਕਿਉਂਕਿ ਸਾਡਾ ਪੰਜਾਬ ਭਾਈਚਾਰਕ ਸਾਂਝ ਦੇ ਵਜੋਂ ਮਿਸਾਲ ਪੇਸ਼ ਕਰਦਾ ਹੈ, ਮਿਸਾਲ ਪੇਸ਼ ਕਰਦਾ ਹੈ। ਤਾਂ ਖੈਰ ਇੰਨੀਆਂ ਹੀ ਗੱਲਾਂ ਬਾਤਾਂ ਸੀਗੀਆਂ, ਕਦੇ ਫੇਰ ਮਿਲਾਂਗੇ ਜਦੋਂ ਵੀ ਕਿਤੇ ਸਬੱਬ ਬਣਿਆ। ਸੋ ਹੁਣ ਇਜਾਜ਼ਤਾਂ ਦਿਓ, ਜੇ ਕੋਈ ਗੱਲਬਾਤ ਕਿਸੇ ਨੂੰ ਕਿਸੇ ਕਿਸਮ ਦੀ ਕੌੜੀ ਕਸੈਲੀ ਲੱਗੀ ਹੋਵੇ ਤਾਂ ਮੈਂ ਹੱਥ ਜੋੜ ਕੇ ਇੱਕ ਵਾਰੀ ਫਿਰ ਮਾਫ਼ੀ ਮੰਗਦਾ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।